ਅੱਗੇ ਪ੍ਰੋਗਰਾਮ ਦੇ ਵਿੱਚ ਜਾਣਾ ਹੈ। ਸਭ ਤੋਂ ਆਨੈਸਟ, ਇਮਾਨਦਾਰ, ਸਾਧੂ ਫਿਰਤੀ ਵਾਲੇ ਔਰ ਇਸ ਖੂਬਸੂਰਤ ਸਟੇਟ ਦੇ, ਸੂਬੇ ਦੇ ਚੀਫ ਮਿਨਿਸਟਰ ਸ੍ਰੀ ਮਨੋਹਰ ਲਾਲ ਜੀ ਖੱਟਰ ਸਾਹਿਬ ਤੇ ਸ੍ਰੀ ਪਰਮਾਤ ਸੁਭਾਸ਼ ਬਰਾਲਾ ਜੀ, ਤੁਹਾਨੂੰ ਫਖਰ ਹੋਣਾ ਚਾਹੀਦਾ ਕਿ ਜਾਖਲ ਇਸ ਕਸਬੇ ਦਾ ਇਹ ਨੌਜਵਾਨ ਹਿੰਦੁਸਤਾਨ ਦੀ ਨਹੀਂ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਬਰਾਲਾ ਸਾਹਿਬ। ਔਰ ਮੇਰੇ ਕਰੀਅਰ ਵਿੱਚ, ਮੇਰੇ ਸਿਆਸੀ ਸਫ਼ਰ ਵਿੱਚ ਬਹੁਤ ਹੀ ਜਿਹਨਾਂ ਦਾ ਗਹਿਰਾ ਹਿੱਸਾ ਆ, ਸਾਡੇ ਸੂਬਾ ਪ੍ਰਧਾਨ ਜੋ ਤੁਹਾਡਾ ਹੁਣੇ ਹੁਣੇ ਮੁਖਾਤਬ ਸੀ ਸ਼੍ਰੀ ਕਮਲ ਸ਼ਰਮਾ ਜੀ, ਮੇਰੇ ਲਈ ਸਾਰਾ ਸਨਮਾਨਿਤ ਮੰਚ, ਭੈਣੋ ਭਰਾਵੋ ਨਮਸਕਾਰਮ, ਪ੍ਰਣਾਮ, ਚਰਨ ਸਪਰਸ਼, ਵਾਹਿਗੁਰੂ ਜੀ ਕਾ ਖਾਲਸਾ। ਜਿਵੇਂ ਕਿ ਹੁਣੇ ਹੁਣੇ ਆਪਾਂ ਜਾਣਦੇ ਹਾਂ, ਅਵੇਅਰ ਇਸ ਗੱਲ ਤੋਂ ਕਿ ਦੁਸਹਿਰਾ ਮਨਾਇਆ ਤੇ ਨੇਕੀ ਤੇ ਬਦੀ ਦੀ ਜੰਗ ਸੀ, ਜਿਸ ਨੇਕੀ ਸੱਚ ਪੁੰਨ ਜਿੱਤਿਆ ਤੇ ਪਾਪ ਹਰਿਆ। ਹੁਣ ਦੀਵਾਲੀ ਮਨਾਵਾਂਗੇ, ਉਹ ਵੀ ਸੱਚ ਦੀ ਜਿੱਤ ਦੇ ਦੀਵੇ ਜਗਾਵਾਂਗੇ। ਇਹ ਪ੍ਰਤੀਕ ਹੈ ਕਿ ਜਿੱਤ ਸੱਤਿਆਮੇਵ ਜਯਤੇ, ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ। ਉਸ ਤੋਂ ਬਾਅਦ ਵੱਡੇ ਸਾਹਿਬ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550ਵਾਂ ਗੁਰਪੁਰਬ ਮਨਾਵਾਂਗੇ। ਸਾਡਾ ਬਹੁਤ ਅਮੀਰ ਵਿਰਸਾ ਏ, ਸਾਡੇ ਨੌਜਵਾਨਾਂ ਨੇ ਬਹੁਤ ਕੀਮਤੀ ਜਿੰਦਾ ਮਾਰ ਕੇ ਸ਼ਹੀਦੇ ਆਜ਼ਮ ਭਗਤ ਸਿੰਘ ਤੋਂ ਲੈ ਕੇ ਵੱਡੇ ਵੱਡੇ ਮਹਾਂਪੁਰਸ਼ਾਂ ਨੇ ਬਲੀਦਾਨ ਦੇ ਕੇ ਆਜ਼ਾਦੀ ਹਾਸਲ ਕੀਤੀ। ਸ਼ਹੀਦ ਆਜ਼ਮ ਭਗਤ ਸਿੰਘ ਆਪਣੀ ਕਿਤਾਬ ਚ ਲਿਖਦੇ ਆ, ਕਹਿੰਦੇ ਜੀਣਾ ਕਿਹਨੂੰ ਚੰਗਾ ਨੀ ਲੱਗਦਾ, ਜ਼ਿੰਦਗੀ ਨਾਲ ਮੈਨੂੰ ਤੇ ਮੇਰੇ ਸਾਥੀਆਂ ਨੂੰ ਵੀ ਪਿਆਰ ਆ, ਲੇਕਿਨ ਮੈਂ ਔਰ ਮੇਰੇ ਸਾਥੀ ਚੰਦ ਮਿੰਟਾਂ ਬਾਅਦ ਹੱਸ ਕੇ ਫਾਂਸੀ ਦਾ ਗਲਾ, ਫਾਂਸੀ ਦਾ ਰੱਸਾ ਗਲੇ ਚ ਪਾਲਾਂਗੇ, ਤਾਂ ਕਿ ਆਉਣ ਵਾਲੀਆਂ ਨਸਲਾਂ ਆਜ਼ਾਦ ਹਿਲਾ ਚ ਸਾਹ ਲੈ ਸਕਣ। ਆਜ਼ਾਦੀ ਮਿਲ ਗਈ, ਜਿਹੜੇ ਗੈਰਤਮੰਦ ਸਨ ਉਹ ਫਾਂਸੀਆਂ ਤੇ ਚੜ ਗਏ, ਜਿਹੜੇ ਬਗੈਰਤ ਸੀ ਗੋਰਿਆਂ ਦੇ ਦੋਸਤ ਉਹ ਸੱਤਾ ਤੇ ਕਾਬਜ਼ ਹੋ ਗਏ। 70 ਸਾਲ ਲੁੱਟਿਆ, ਸਟੇਟਸ ਵਿੱਚ ਵੀ ਜੋ ਉਦਾਂ ਦੀਆਂ ਨੀਤਾਂ ਸੀ ਉਦਾਂ ਦੀਆਂ ਨੇ ਲੁੱਟਿਆ, ਇੱਕ ਖਾਸ ਤਰ੍ਹਾਂ ਦੀ ਸਲੇਵਰੀ, ਇੱਕ ਖਾਸ ਤਰ੍ਹਾਂ ਦੀ ਗੁਲਾਮੀ ਚੋਂ ਕੱਢਣ ਲਈ ਭਾਰਤੀ ਜਨਤਾ ਪਾਰਟੀ ਹੌਲੀ ਹੌਲੀ ਹੌਲੀ, ਜਿੱਥੇ ਕਿਤੇ 2 ਸੀਟਾਂ ਨਹੀਂ ਸੀ ਉੱਥੇ ਆਹ ਦੇਖ ਲਓ ਬਾਦਸ਼ਾਹ ਬੈਠੇ ਨੇ ਇਸ ਸਟੇਟ ਦੇ, ਤੁਹਾਨੂੰ ਗੁਲਾਮੀ ਚੋਂ ਕੱਢਣ ਲਈ। ਇਹ ਸਾਧੂਆਂ ਸੰਤਾਂ ਦੀ ਪਾਰਟੀ ਆ, 70 ਸਾਲ ਲੁੱਟਦੇ ਰਹੇ, ਫਿਰ ਬੱਬਰ ਸ਼ੇਰ ਪੈਦਾ ਹੋਇਆ ਇਸ ਧਰਤੀ ਤੇ, ਤਰਸ ਜਦੋਂ ਖਾਧਾ ਇੱਕ ਨਵੀਂ ਤਰ੍ਹਾਂ ਦੀ ਸਿਆਸਤ, ਇੱਕ ਬੱਚਾ ਜਿਹਦੀ ਮਾਂ ਕੱਪੜੇ ਧੋ ਕੇ ਕਦੀ ਕਦੀ ਕੋਈ ਮਜ਼ਦੂਰੀ ਕਰਕੇ ਪਾਲਿਆ, ਖੁਦ ਚਾਹ ਵੇਚਦਾ ਸੀ, ਉਹ ਗੈਰਤਮੰਦ ਬੱਚਾ, ਉਹ ਸਾਧੂ ਬੱਚਾ ਇਸ ਮੁਲਕ ਦਾ ਪ੍ਰਧਾਨ ਮੰਤਰੀ ਬਣੇਗਾ, ਕਿਸੇ ਨੇ ਸੋਚਿਆ ਸੀ? ਜਿਹਨੂੰ ਕਹਿੰਦੇ ਨੇ ਜੋ ਨਾ ਖਾਤਾ ਹੈ ਨਾ ਖਾਣੇ ਦੇਤਾ ਹੈ, ਨਾ ਸੋਤਾ ਹੈ ਨਾ ਸੋਨੇ ਦੇਤਾ ਹੈ, ਉਹ ਕੌਣ ਹੈ? ਉੱਚੀ ਬੋਲੋ, ਉੱਚੀ ਬੋਲੋ। ਹੁਣ ਤਾਂ ਗੋਰੇ ਵੀ ਕਹਿੰਦੇ ਨੇ, ਅਸੀਂ ਪਹਿਲਾਂ ਅੰਗਰੇਜ਼ੀ ਸਿੱਖਦੇ ਹੁੰਦੇ ਸੀ, ਮੋਦੀ ਨੇ ਨਵਾਂ ਕੰਮ ਸ਼ੁਰੂ ਕਰ ਦਿੱਤਾ। ਹੁਣ ਤਾਂ ਅਮਰੀਕਾ ਚ ਦੇਖਿਆ ਨੀ, ਗੋਰਾ ਵੀ ਪਿੱਛੇ ਕਹਿ ਰਿਹਾ ਸੀ ਮੋਦੀ ਹਾਏ ਤਾਂ ਮੁਮਕਿਨ ਹਾਏ, ਕਮਾਲ ਹੋ ਗਈ। ਟਰੰਪ ਕਦੇ ਪੈਦਲ ਕਦੀ ਤੁਰਿਆ ਹੋਣਾ ਕਿ ਨਹੀਂ ਤੁਰਿਆ ਹੋਣਾ, ਵਾਹਵਾ ਉਹਨੂੰ ਫੇਰਿਆ ਸਾਡੇ ਬਬਰ ਸ਼ੇਰ ਨੇ ਅਮਰੀਕਾ ਚ ਜਾ ਕੇ। ਉਹ ਨਾਰੇ ਬਦਲ ਗਏ, ਲੋਕੋ ਤੁਹਾਨੂੰ ਫਖਰ ਹੋਣਾ ਚਾਹੀਦਾ, ਨਾਰੇ ਹੀ ਬਦਲ ਗਏ। ਪਹਿਲਾਂ ਇੱਥੇ ਨਾਰਾ ਸੀ, ਫਿਰ ਇੱਕ ਵਾਰ ਮੋਦੀ ਸਰਕਾਰ, ਹੁਣ ਅਮਰੀਕਾ ਨੂੰ ਵੀ ਪਤਾ ਲੱਗ ਗਿਆ ਉੱਥੇ ਨਾਰਾ ਬਦਲ ਗਿਆ, ਫਿਰ ਇੱਕ ਵਾਰ ਟਰੰਪ ਸਰਕਾਰ, ਇਹ ਹੈ ਤੁਹਾਡਾ ਮੋਦੀ ਨਰਿੰਦਰ ਭਾਈ ਮੋਦੀ। ਤੁਹਾਨੂੰ ਇਹ ਵੀ ਮੈਂ ਦੱਸਦਾ ਟਿਕਾ ਕੇ, ਅਗਰ ਭਾਰਤੀ ਜਨਤਾ ਪਾਰਟੀ ਦਾ ਰਾਜ ਨਾ ਹੁੰਦਾ, ਮੋਦੀ ਸਾਹਿਬ ਨਾ ਆਉਂਦੇ, ਤੇ ਪਾਕਿਸਤਾਨ ਨੇ
ਇਹਨਾਂ ਨੇ ਰਲ ਮਿਲ ਕੇ ਹਿੰਦੁਸਤਾਨ ਦਾ ਬੇਹੋਸ਼ ਕਰਨਾ ਸੀ। ਤੁਹਾਨੂੰ ਪਤਾ ਆ ਸਾਡੇ ਤੇ ਹਮਲਾ ਹੁੰਦਾ। ਕਿਆ ਬਾਤ ਹੈ ਗੁਰਵਾ ਸਾਹਿਬ, ਜੋਸ਼ ਹੈ ਨੌਜਵਾਨਾਂ ਚ, ਜਰਾ ਜ਼ੋਰ ਨਾਲ ਨਾਰਾ। ਗਰੀਬਾਂ ਨੂੰ ਗੁਲਾਮ ਬਣਾ ਕੇ ਰੱਖਦੇ ਸੀ, ਉਹਨਾਂ ਨੇ ਆਪਣੇ ਵਰਗੀ ਇੱਕ ਸ਼ਖਸੀਅਤ ਲੱਭੀ ਜਿਨ੍ਹਾਂ ਦਾ ਨਾਮ ਹੈ ਸ਼੍ਰੀ ਮਨੋਹਰ ਲਾਲ ਖੱਟਰ ਸਾਹਿਬ। ਓਨੈਸਟੀ ਦੇ ਬਾਦਸ਼ਾਹ, ਮਿਹਨਤ ਦੇ ਬਾਦਸ਼ਾਹ, ਸਟੇਟ ਨੂੰ ਨੰਬਰ 1 ਤੇ ਲਿਆਇਆ। ਆ 100-125 ਕਰੋੜ ਤੱਕ ਕੱਲਾ ਜਾਖਲ ਤੇ ਖਰਚ ਦਿੱਤਾ, ਹੋਰ ਕੀ ਚਾਹੀਦਾ ਤੁਹਾਨੂੰ? ਅੱਗੋ ਸਾਡੇ ਭਾਈ ਸੁਭਾਸ਼ ਬਰਾਲਾ ਜੀ ਨੂੰ ਕਾਮਯਾਬ ਕਰੋ, ਤੇ ਜਿਵੇਂ ਕਮਲ ਜੀ ਨੇ ਬੇਨਤੀ ਕੀਤੀ ਅਸੀਂ ਸਾਰੇ ਬੇਨਤੀ ਕਰਾਂਗੇ, ਇਹਨਾਂ ਨੂੰ ਆਪਾਂ ਵਜ਼ੀਰ ਬਣਾਉਂਦੇ ਹਾਂ ਤੇ ਨੇਰੀਆਂ ਲਿਆ ਦੋ ਨੇਰੀਆਂ। ਮੇਰੀ ਇੱਕੋ ਅਰਜ਼ ਹੈ ਕਿ ਮੈਂ ਸਾਰੇ ਹਰਿਆਣੇ ਚ ਘੁੰਮ ਕੇ ਸਿਰਫ ਇਹਨਾਂ ਦੀ ਪਰਸਨੈਲਿਟੀ ਤੋਂ ਪ੍ਰਭਾਵਿਤ ਹੋ ਕੇ ਡਿਊਟੀ ਤੇ ਸਾਰੀ ਜਗ੍ਹਾ ਕਰਨੀ। ਮੈਂ ਕਹਿੰਦੀ ਮੈਂ ਹਰਿਆਣੇ ਚ ਹੀ ਰਹਿਣਾ, ਪੈਦਲ ਚੱਲ ਚੱਲ ਕੇ ਵੀ ਪ੍ਰਚਾਰ ਕਰਨਾ, ਕਿਉਂਕਿ ਸੰਤਾਂ ਮਹਾਂਪੁਰਸ਼ਾਂ ਦੀ ਇਹ ਟੀਮ ਹੈ ਇਸ ਸਟੇਟ ਲਈ। ਸਾਨੂੰ ਸਰ ਜੈਲਸੀ ਵੀ ਹੁੰਦੀ ਹੈ, ਹਰਿਆਣਾ ਤੇ ਪੰਜਾਬ ਇੱਕੋ ਹੀ ਸੀ, ਹੁਣ ਤਾਂ ਹਰਿਆਣਾ ਹੀ ਛਾਇਆ ਹੋਇਆ ਆ। ਸਾਰੇ ਭਲਵਾਨ ਇੱਥੇ ਪੈਦਾ ਹੋ ਰਿਹਾ, ਦਾਣਾ ਉੱਥੇ ਪਹਿਲਾਂ ਪੈਦਾ ਹੁੰਦਾ ਸੀ, ਪਹਿਲਾਂ ਐਕਟਰ ਉੱਥੇ ਧਰਮਿੰਦਰ ਵਗੈਰਾ ਪੈਦਾ ਹੁੰਦੇ ਸੀ, ਹੁਣ ਤਾਂ ਮਿਸ ਯੂਨੀਵਰਸ ਵੀ ਇੱਥੇ ਹੀ ਪੈਦਾ ਹੁੰਦੀ ਆ। ਪਹਿਲਾਂ ਇੰਡਸਟਰੀ ਉੱਥੇ ਵਧੀਆ ਹੁੰਦੀ ਸੀ, ਹੁਣ ਗੁੜਗਾਉਂ ਤੋਂ ਲੈ ਕੇ ਕਰਨਾਲ ਤੱਕ ਐਂ ਲੱਗਦਾ ਜਿਵੇਂ ਡੁਬਈ ਫਿਰਦੇ, ਜਿੱਦਾਂ ਅਮਰੀਕਾ ਫਿਰਦੇ ਆ। ਇਹ ਤੁਹਾਡੀ ਉਦਾਂ ਮਿਹਰਬਾਨੀ ਆ, ਹੈਦ ਪੰਜਾਬ ਹਰਿਆਣਾ ਇੱਕੋ ਹੀ ਆ, ਥੋੜਾ ਜਿਹਾ ਉੱਧਰ ਵੀ ਮੇਹਰ ਦੀ ਨਜ਼ਰ ਮਾਰਿਓ। ਮੈਂ ਆਖਿਰ ਚ ਅਪੀਲ ਕਰਦਾ ਹਾਂ ਕਿ ਸੁਭਾਸ਼ ਬਰਾਲਾ ਜੀ ਨੂੰ ਕਾਮਯਾਬ ਕਰੋ ਔਰ ਖੱਟਰ ਸਾਹਿਬ ਨੂੰ ਦੁਬਾਰਾ ਮੁੱਖ ਮੰਤਰੀ ਬਣਾਓ ਔਰ ਦੇਖਿਓ ਹਿੰਦੁਸਤਾਨ ਦਾ ਸਭ ਤੋਂ ਵਧੀਆ ਸਟੇਟ ਹੋਏਗਾ। ਭਾਰਤ ਮਾਤਾ ਕੀ ਵੰਦੇ ਵੰਦੇ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਹੰਸਰਾਜ ਹੰਸ ਜੀ, ਤੁਸੀਂ ਸਾਨੂੰ ਬਹੁਤ ਜੋਸ਼ੀਲਾ ਭਾਸ਼ਣ ਦੇ ਕੇ ਇੱਕ ਊਰਜਾ ਭਰਤੀ। ਹੁਣ ਮੈਂ ਬੁਲਾਉਣਾ ਚਾਹੂੰਗਾ ਹਮਾਰੇ ਭਾਰਤੀ ਜਨਤਾ ਪਾਰਟੀ ਕੇ ਪ੍ਰਦੇਸ਼ ਅਧਿਕਸ਼ ਵੈ ਐਮ ਐਲ ਏ ਟੋਹਾਣਾ ਮਾਨੀ ਸੁਭਾਸ਼ ਬਰਾਲਾ ਜੀ, ਉਹ ਹਮਾਰੇ ਵਿੱਚ ਆਏ ਔਰ ਜੋ ਤਾਰੀ ਉਸ ਸਵਾਗਤ ਕਰੇ। ਮੁੱਖ ਮੰਤਰੀ ਮਨੋਹਰ ਲਾਲ ਜੀ ਜਿੰਦਾਬਾਦ। ਹਰਿਆਣਾ ਕੇ ਸਬਸੇ ਲੋਕਪ੍ਰਿਯ ਮੁੱਖ ਮੰਤਰੀ ਮਨੋਹਰ ਲਾਲ ਜੀ। ਹਮਾਰੇ ਬੀਚ ਮੇ ਉਪਸਥਿਤ ਸਫੇਦ ਕਪੜੋ ਮੇ ਸੰਤ, ਹਰਿਆਣਾ ਕੇ ਅਬ ਤੱਕ ਕੇ ਸਬਸੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਮਨੋਹਰ ਲਾਲ ਜੀ, ਪੰਜਾਬ ਸੇ ਦਿੱਲੀ ਕੇ ਰਾਸਤੇ ਹਮਾਰੇ ਬੀਚ ਮੇ ਪਹੁੰਚੇ ਹਮਾਰੇ ਭਾਈ ਸੂਫੀ ਗਾਇਕ, ਹਰਿਆਣਾ ਪੰਜਾਬ ਔਰ ਉੱਤਰ ਭਾਰਤ ਕੇ ਬੜੇ ਹਿੱਸੇ ਕੇ ਯੁਵਾਓਂ ਪਿੱਕੇ ਦਿਲੋਂ ਪਰ ਰਾਜ ਕਰਨੇ ਵਾਲੇ ਐਸੇ ਹੰਸਰਾਜ ਜੀ ਹੰਸ, ਕਮਲ ਸ਼ਰਮਾ ਜੀ ਪੂਰਵ ਮੇ ਪ੍ਰਦੇਸ਼ ਕੇ ਅਧਿਕਸ਼ ਰਹੇ, ਪੰਜਾਬ ਕੇ ਵਰਤਮਾਨ ਮੇ ਰਾਸ਼ਟਰੀ ਕਾਰਕਾਰਣੀ ਕੇ ਸਦਸਯ, ਹਮਾਰੇ ਬਹੁਤ ਪੁਰਾਣੇ ਮਿੱਤਰ, ਹਮਨੇ ਬਹੁਤ ਸਮੇਂ ਇਕੱਠੇ ਕਾਮ ਕੀਆ ਐਸੇ ਕਮਲ ਸ਼ਰਮਾ ਜੀ, ਡਾਕਟਰ ਵੈਂਕਟੇਸ਼ ਜੀ ਜੋ ਕਰਨਾਟਕ ਸੇ ਚਲ ਕਰਕੇ ਆਏ ਹੈ, ਸਮਸਤ ਔਰ ਸਮਾਜ ਕੇਵਲ ਹਰਿਆਣਾ ਕਾ ਨਹੀਂ ਪੂਰੇ ਦੇਸ਼ ਕਾ ਏਕ ਮਾਰਾ ਕੇ ਅੰਦਰ ਪਿਰੋਣੇ ਕੇ ਲਿਏ ਲਗੇ ਹੋਏ ਹੈ ਐਸੇ ਹਮਾਰੇ ਡਾਕਟਰ ਵੈਂਕਟੇਸ਼ ਪ੍ਰਸਾਦ ਜੀ, ਇਹ ਜ਼ਿਲ੍ਹਾ ਕੇ ਬੜੇ ਜੁਝਾਰੂ ਅਧਿਕਸ਼ ਵੇਦ ਫੂਲਾ ਜੀ,
साथ में यहां पर प्रोफेसर रविंदर बलियाड़ा जी, जिनकी एक विधायक के रूप में नहीं, एक इंसान के रूप में जितनी तारीफ की जाए उतना कम है। हमें बहुत एक अच्छे ऐसे साथी मिले हैं प्रोफेसर रविंदर बलियाड़ा जी, यहां के नगर पालिका के चेयरपर्सन प्रतिनिधि, हमारे नोहरचंद जी, यहां के प्रभारी जिला के उपाध्यक्ष वे जांगड़ा जी, मंडल के अध्यक्ष हरमेश शर्मा जी और इस विधानसभा के प्रभारी रमेश सिंगला जी, और भाई नाम तो सारे यहां यादवेंद्र शर्मा जी से लेकर के और चेयरमैन राजेश जी, इनकी पूरी टीम, गुरकिरत जी बराड़, गुरी बराड़ के नाम से आप जिनको जानते हैं, आशीष बंसल जी, यहां पर समस्त जो भारतीय जनता पार्टी की टीम है, यहां पर एक एक पार्षद यहां का उपस्थित है, वाइस चेयरमैन और उनकी पूरी टीम यहां पर उपस्थित है। मैं माफी के साथ कहना चाहूंगा क्योंकि मुख्यमंत्री जी ने भी जाना है, मैं ज्यादा नाम लूंगा समय लगेगा, ऐसे सारे हमारे जो पदाधिकारी, सरपंच, पूर्व सरपंच, नंबरदार, ऐसी शख्सियत यहां पर आज इस पंडाल के अंदर बैठी है जिसने आकर के ये बता दिया कि ये जो एक नंबर का बूथ सिधानी से शुरू होता है, यहां से भारतीय जनता पार्टी की जय जयकार शुरू होकर के और ये जाकर मंडी के रास्ते से चलती हुई और पूरा टोहारा विधानसभा इस बार एक तरफा चुनाव करने के लिए यहां पर आए हुए उपस्थित सभी मेरे सम्मानित बुजुर्गों, नौजवान साथियों, श्रद्धा के योग माताओं बहनों और पत्रकार मित्रों, माननीय मुख्यमंत्री जी, ये हरियाणा का, ये पंजाब के साथ लगता हुआ क्षेत्र है, ये टोहाणा विधानसभा क्षेत्र का बिल्कुल इस प्रकार का जो अंतिम छोर है और ये आपसे कहीं भूला हुआ नहीं है, क्योंकि आप भी जब संगठन मंत्री होते थे, विभाग प्रचारक होते थे, आप चप्पे चप्पे से वाकिफ हैं इस क्षेत्र का किस प्रकार का हाल होता था। यहाँ की जनता इस बात को जानती है कि जब ये क्षेत्र डिलिमिटेशन से पहले रतिया विधानसभा का हिस्सा होता था तो रतिया वाले इसको टेल पर कहते थे कि जाखल टेल के ऊपर है, और जब ये टोहाणा विधानसभा में चला गया डिलिमिटेशन के बाद, तब भी इसको टेल की बात कहते थे, लेकिन आपके नेतृत्व में जो सरकार हरियाणा प्रदेश में बनी और यहां के भारे सम्मानित बुजुर्गों ने मुझे आशीर्वाद देकर के, नौजवान साथियों ने सहयोग देकर के और माताओं ने दुलार देकर के मुझे विधायक बनाया, उसके बाद सारी टेल तोड़ करके हमने उठा करके फेंक दी। आज अगर चर्चा होती है जाखल की तो इस बात के लिए होती है कि आज सबसे ज्यादा पैसा लगाए तो जाखल क्षेत्र में लगा है। कई बार दूसरी साइड के लोग थोड़ा सा कहते हैं कि काम तो आपने उधर भी किए हैं, गांव के अंदर आज पार्क तक बना है, चाहे वो किसी भी क्षेत्र का काम हो, लेकिन ये थोड़ा सा कह देते हैं कि जाखल एरिया में आपने थोड़ा सा ज्यादा काम करवाया है। हाँ, मैं कहता हूं हमने ज्यादा काम करवाया है जाखल क्षेत्र में, क्योंकि जाखल क्षेत्र की एक मांग थी, जाखल क्षेत्र की एक डिमांड थी, क्योंकि जाखल क्षेत्र इस प्रकार से अनदेखा किया हुआ था और उसके कारण से जाखल को तेल से हेड पर लेकर के आना जरूरी था। इसके लिए चाहे अगले गांव चांदपुरा, मुगलिया या आगे मूसाखेड़ा तक की बात करें, करंडी तक की बात करें, सड़कों से जोड़ने की बात हो, तेल पर पानी पहुंचाने की बात हो, और माननीय मुख्यमंत्री जी, ये आपके नेतृत्व की सरकार का कमाल है कि लोग कहते थे, हम जब पिछले चुनाव में जाते थे, कि अगर भारतीय जनता पार्टी की सरकार बनती है तो मनरेगा के मजदूरों का काम बंद कर देंगे, लेकिन नरेंद्र मोदी जी के आशीर्वाद से जो सरकार आपके नेतृत्व में चली, एक तरफ जहां इन्होंने मनरेगा का
काम दोगुना कर दिया, वहीं पर गांव में जो रास्ते बने, खेतों के जो नालियां बनी, जो सड़कें बनी, जो पार्क सुंदर सुंदर बनकर के तैयार हुए हैं, उनमें ज्यादातर का काम हमने मनरेगा के माध्यम से करवाया है, ताकि हमारा क्षेत्र भी अच्छा हो, वहां का विकास भी हो और मजदूर को मजदूरी भी ज्यादा मिले। हमने एक तीर से दो निशाने साधने का काम किया है, इसीलिए तो आज भारी भीड़ यहाँ सब लोगों की उपस्थित हुई है। जाखल के अंदर चाहे बस स्टैंड की बात हो, जाखल के अंदर चाहे बीडीओ बनो तहसील की बात हो, या यहाँ पर एक बहुत सुंदर कम्युनिटी सेंटर यहाँ पर जो बढ़ करके तैयार होगा, बड़ा एक बहु मंजिला इमारत इसके थोड़ा सा आगे चलेंगे तो वहां तैयार होगी। उसको देख करके तो विरोधियों के उसका नक्शा हमारे साथियों ने दीवार पर लगाया है, उनके होश गुम हो जाते हैं कि मनोहर लाल जी के नेतृत्व में सरकार इस प्रकार के भी काम करवा सकती है। चाहे सकूल की बात हो, यह बहुत पुरानी मांग थी, जाकर मंडी और जाखल गांव बिल्कुल आपस में नजदीक होकर के भी ये जो एक चौड़ी हमारी रेलवे लाइन बीच जंक्शन की जाती है, इसके कारण से बटा हुआ प्रतीत होता था। आपके आशीर्वाद से केंद्र सरकार के निर्देश पर 10.5 करोड़ से ज्यादा की लागत से जो अंडरपास मुझे लगता है देश का सबसे बड़ा बनकर के यहाँ तैयार होगा, इसके कारण से हमारे पूरे क्षेत्र में एक बहुत बड़ी खुशी की लहर है। काम में कितने गिराओ, लेकिन मैं मेरी बात को छोटा करते हुए, क्योंकि माननीय मुख्यमंत्री जी बोलेंगे, मैं एक ही बात कहूंगा कि जिस प्रकार से आपके नेतृत्व में पूरे हरियाणा प्रदेश में एक तो विजय की लहर चली हुई है, आज बच्चा बच्चा हरियाणा प्रदेश का कहता है कि जिस प्रकार की सरकार हरियाणा प्रदेश में मुख्यमंत्री मनोहर लाल जी के नेतृत्व में बनी, वैसी सरकार आज तक कभी नहीं बनी थी, क्योंकि पहले की सरकारें बनती थी, कभी सिरसा की सरकार बनती थी, कभी हिसार की सरकार बनती थी, कभी भिवाड़ी की सरकार बनती थी, कभी रोहतक की सरकार बनती थी, और उन सरकारों में नौकरियां भी होती थी तो अपने परिवार के लिए मुट्ठी से नौकरियां निकलती थी, अपने रिश्तेदारों के लिए उनकी मुट्ठी से नौकरियां निकलती थी, ट्रांसफर भी इसी प्रकार से निकलते थे, सीएमयू भी इसी प्रकार से निकलते थे, उद्योगों के व्यापार के लाइसेंस भी उनकी जेब से उनकी मुट्ठी से निकलते थे। वो सारा सिस्टम आपने बदल करके रख दिया। आज हरियाणवी को ऐसा प्रतीत होता है कि सरकार है तो उनकी अपनी सरकार है, उनके अपने बीच का मुख्यमंत्री पहली बार हरियाणा प्रदेश के अंदर बना है, ऐसा प्रतीत आज सब लोगों को होता है। यही तो हमारा क्षेत्र की जनता में आपके प्रति अगाध विश्वास पैदा हुआ है, और ये लोग चाहते हैं कि आपके नेतृत्व में एक बार फिर से इसी प्रकार की मजबूत सरकार बने। ये जनता ये दिखाने के लिए आपको यहाँ पर पहुंची है। मैं ज्यादा ना कहते हुए आप सबसे एक अपील करना चाहूंगा कि आज मुख्यमंत्री जी हमारे बीच में आए हैं, हम सबको संदेश देने के लिए आए हैं कि इसी प्रकार की साफ सुथरी सरकार, आपकी अपनी सरकार दोबारा से हरियाणा प्रदेश के अंदर बने, और आपका भाई, आपका बेटा, आपका सेवक दोबारा से आपकी सेवा करने के लिए आपके बीच में हाजिर हो। इसलिए मुझे आशीर्वाद देकर के मुख्यमंत्री जी को विश्वास दिला करके भेजना है कि तोहारा विधानसभा क्षेत्र को आप एक तरफा जिता करके भेजोगे। आप इतनी बड़ी संख्या में यहाँ पर आए, और मैंने मेरी बात जहाँ से शुरू की थी, एक बार दोबारा से मैं वहीं से आपकी मेरी बात को समाप्त करूंगा। आप लोग जोरदार तरीके से मुख्यमंत्री जी का अभिनंदन करेंगे, जोरदार तालियों के साथ हमारे बीच में आए हैं। एक बार रुकनी नहीं चाहिए जब तक मुख्यमंत्री जी अपना भाषण ना शुरू कर ले। आप जोरदार तरीके से अपनी बात, और मैं आग्रह करूंगा माननीय मुख्यमंत्री जी हमारे बीच में आए और हम सबको संबोधित करें। हरियाणा प्रदेश के यशस्वी मुख्यमंत्री माननीय मनोहर लाल। हमारे साथी सुभाष का है, उनकी ज्वाइनिंग में साथी करवा देता हूं। धन्यवाद।
ਸਥਿਤੀ ਵੀ ਠੀਕ ਹੈ। ਅੱਜ ਸਵੇਰੇ ਸਵੇਰੇ ਮੇਰੇ ਕੋਲ ਇੱਕ ਬੰਦਾ ਆਇਆ, ਕਹਿਣ ਲੱਗਾ ਜੀ ਤੁਹਾਡਾ ਮੈਂ ਇੰਟਰਵਿਊ ਲੈਣਾ ਤਮਿਲ ਚ ਹੈ। ਮੈਂ ਕਿਹਾ ਤੂੰ ਵੀ ਆ ਜਾ ਬਈ।